जाको लिप्त ना होए पुण्य अर पाप
ਵਾਹਿਗੁਰ ਗਿਆਨ ਬਤਾਈ ਖਿੱਚੀਆਂ ਜਾ ਸਕਦੀਆਂ ਮੇਰਾ ਕੋਈ ਪਿੱਤਰ ਵੀ ਹੈ ਜਿਹੜਾ ਲੋਕਾਂ ਨੂੰ ਨਹੀਂ ਦਿਸਦਾ ਬਲਕਿ ਮੈਨੂੰ ਵੀ ਨਹੀਂ ਦਿਸਦਾ ਪਰ ਕਿਹੜੀ ਅਜੀਬ ਗੱਲ ਬਾਹਰ ਤੇ ਪਿੱਤਰ ਨੂੰ ਆਪਾਂ ਸਮਝ ਲੈ ਤੇ ਉਹਨਾਂ ਨੂੰ ਚੀਨ ਲੈ ਚੀਨ ਤੋਂ ਭਾਵ ਸਮਝ ਲੈ ਪਛਾਣ ਲੈ ਨਹੀਂ ਪਛਾਣੇਗਾ ਜੇ ਨਹੀਂ ਪਛਾਣੇਗਾ ਤਾਂ ਭਰਮਾਂ ਭੁਲੇਖਿਆਂ ਦੀ ਦੀਵਾਰ ਨਹੀਂ ਟੁੱਟੇਗੀ ਜਿਹੜੀ ਮੇਰੀ ਤੇ ਮੇਰੇ ਮਾਲਕ ਦੇ ਦਰਮਿਆਨ ਵਿੱਚ ਦੂਰੀ ਹੈ ਜਨ ਨਾਨਕ ਬਿਨ ਆਪਾ ਚੀਨੇ ਮਿਟਣਾ ਭਰਮ ਕੀ ਕਾਰੀ ਇਸ ਲਈ ਬਾਹਰ ਤੇ ਪਿੱਤਰ ਨੂੰ ਪਛਾਣ ਲਓ ਬਾਬਾ ਕਬੀਰ ਜੀ ਦਾ ਜਿਹੜਾ ਸ਼ਬਦ ਲੜੀਵਾਰ ਚੱਲ ਰਿਹਾ ਜਿਹਦੇ ਚਾਰ ਹਿੱਸੇ ਆਪਾਂ ਕੀਤੇ ਅੱਜ ਆਖਰੀ ਹਿੱਸਾ ਸੀ ਉਹਦਾ ਬੜਾ ਅਜੀਬ ਕਿਸਮ ਦਾ ਦ੍ਰਿਸ਼ ਪਿਛਲੀ ਲੜੀ ਨੂੰ ਬਹੁਤ ਪਿੱਛੇ ਨਹੀਂ ਲੈ ਜਾਂਦਾ ਆਰੰਭ ਇੱਥੋਂ ਸੀ ਕਿ ਪ੍ਰਭੂ ਨੂੰ ਪਛਾਣਨ ਲਈ ਉਹਨੂੰ ਮਿਲਣ ਲਈ ਉਹਨੂੰ ਜਾਣਨ ਲਈ
ਉਹਦੇ ਘਰ ਦੀ ਪਹੁੰਚ ਬਹੁਤ ਜ਼ਰੂਰੀ। ਜਿਹੜਾ ਘਰ ਹੀ ਨਹੀਂ ਪਹੁੰਚਿਆ, ਜਿਹਨੂੰ ਘਰ ਦੇ ਐਡਰੈਸ ਦਾ ਹੀ ਨਹੀਂ ਪਤਾ, ਉਹ ਘਰ ਦੇ ਮਾਲਕ ਨੂੰ ਕੀ ਮਿਲੇਗਾ। ਮੈਂ ਸੰਖੇਪ ਵਿੱਚ ਅਰਜ਼ ਕਰਾਂ, ਇੱਥੋਂ ਇਹ ਸ਼ਬਦ ਸ਼ੁਰੂ ਹੋਇਆ ਸੀ, ਜਿਹਦੇ ਵਿੱਚ ਬਾਬਾ ਕਬੀਰ ਜੀ ਨੇ ਆਖਿਆ, ਅਗਮ ਦਰਗਮ ਗੜ ਰਚਿਓ ਬਾਸ। ਮਾਲਕ ਨੇ ਆਪਣਾ ਟਿਕਾਣਾ, ਆਪਣਾ ਬਾਸ, ਰਹਿਣ ਦਾ ਥਾਂ ਬੜਾ ਅਗਮ ਦਰਗਮ ਬਈ ਰਚਿਆ। ਅਗਮ ਦਰਗਮ ਬੜਾ ਔਖਾ ਛੁਪਿਆ ਹੋਇਆ, ਜਿਹਨੂੰ ਸਮਝਣਾ ਮੁਸ਼ਕਲ ਸੀ। ਤਾਂ ਮੈਂ ਜੋਤ ਕਰਿਆ ਪ੍ਰਕਾਸ਼, ਉਹਦੇ ਵਿੱਚ ਪ੍ਰਭੂ ਬੈਠ ਗਿਆ। ਬਿਜਲੀ ਚਮਕੇ ਹੋਏ ਆਨੰਦ। ਹੁਣ ਉਸ ਅਗਮ ਦਰਗਮ ਪਹੁੰਚ ਤੋਂ ਪਰੇ ਜਿਹੜਾ ਘਰ ਸੀ ਜਿੱਥੇ ਉਹਨੇ ਵਾਸਾ ਕੀਤਾ ਹੋਇਆ ਸੀ, ਉੱਥੇ ਤੱਕ ਪਹੁੰਚ ਨਹੀਂ ਸੀ ਹੋ ਸਕਦੀ, ਅੰਧੇਰਾ ਸੀ। ਮੈਂ ਸੰਖੇਪ ਵਿੱਚ ਅੱਗੇ ਚੱਲਾਂ, ਬਿਨ ਸ਼ਬਦੇ ਅੰਤਰ ਹਨੇਰਾ, ਅੰਦਰ ਹਨੇਰਾ ਸੀ। ਤੇ ਬਾਬਾ ਕਬੀਰ ਜੀ ਨੇ ਆਖਿਆ, ਜੇ ਕਦੀ ਰਹਿਮਤ ਹੋਵੇ ਤੇ ਬਿਜਲੀ ਚਮਕੇ, ਉੱਥੇ ਕੋਈ ਬਿਜਲੀ ਚਮਕ ਪਏ ਗਿਆਨ ਦੀ, ਬਸ ਆਨੰਦ ਹੀ ਆਨੰਦ, ਨਾਨਕ ਭਗਤਾਂ ਸਦਾ ਵਿਕਾਸ ਹੋ ਜਾਏ, ਪ੍ਰਭੂ ਦੇ ਦੀਦਾਰ ਹੋ ਜਾਣ। ਖੈਰ ਭਾਵੇਂ ਇਹ ਸੀ ਕਿ ਉਹ ਅਗਮ ਦਰਗਮ ਛੁਪਿਆ ਹੋਇਆ ਹੈ ਤਨ ਦੇ ਅੰਦਰ, ਮਨ, ਤੇ ਗੁਰਬਾਣੀ ਅਨੁਸਾਰ ਆਪਾਂ ਅੱਗੇ ਵਧੇ ਸਾਂ ਕਿ ਤਨ ਮੈਂ ਮਨੁਆ, ਮਨ ਮੈਂ ਸੱਚਾ। ਤਨ ਦੇ ਅੰਦਰ ਮਨ ਹੈ ਤੇ ਮਨ ਦੇ ਅੰਦਰ ਪ੍ਰਭੂ ਹੈ। ਇਹ ਗੱਲ ਵੱਖਰੀ ਹੈ ਕਿ ਅੰਧੇਰਾ ਹੋਣ ਕਰਕੇ, ਅੰਦਰ ਗਿਆਨ ਨਾ ਹੋਣ ਕਰਕੇ, ਸ਼ਬਦ ਦਾ ਪ੍ਰਕਾਸ਼ ਨਾ ਹੋਣ ਕਰਕੇ ਰੱਬ ਸਾਡੇ ਅੰਦਰ ਜਿਹੜਾ ਸਾਨੂੰ ਦਿਸਦਾ ਨਹੀਂ, ਮਿਲਾਪ ਨਹੀਂ ਹੋ ਰਹੀ। ਮਕਸਦ ਇਹ ਮੁਸ਼ਕਲ ਬਣ ਗਈ, ਪਰ ਹੈ ਅੰਦਰ। ਹੁਣ ਬਿਨਾਂ ਤਨ ਦੇ ਮਨ ਕਿੱਥੇ ਰਹੇਗਾ, ਇਸ ਲਈ ਤਨ ਦੀ ਵੀ ਲੋੜ ਹੈ। ਤੇ ਮਨ ਵਿੱਚ ਪ੍ਰਭੂ ਦਾ ਨਿਵਾਸ ਹੈ, ਉਹ ਤਨ ਵਿੱਚ ਹੈ ਨਹੀਂ, ਤਨ ਦੇ ਅੰਦਰ ਮਨ ਹੈ। ਬੜਾ ਅਜੀਬ ਕਿਸਮ ਦਾ ਸਾਡੇ ਸਾਹਮਣੇ ਸਵਾਲ ਖੜਾ ਹੋ ਗਿਆ ਸੀ, ਕਿਉਂਕਿ ਤਨ ਸੰਸਾਰ ਦਾ ਹਿੱਸਾ, ਦਿਸਣ ਵਾਲੀ ਚੀਜ਼ ਹੈ, ਤਨ ਫਾਨੀ ਹੈ, ਖਤਮ ਹੋਣ ਵਾਲਾ ਹੈ, ਇਹਨੂੰ ਮੌਤ ਆਏਗੀ, ਇਹਨੂੰ ਬੁਢੇਪਾ ਆਏਗਾ, ਇਹਨੂੰ ਰੋਗ ਲੱਗਣਗੇ, ਇਹਦੇ ਵਿੱਚ ਵਿਕਾਰ ਪੈਦਾ ਹੋਣਗੇ, ਤਨ ਵਿੱਚ ਸਭ ਕੁਛ। ਪਰ ਜੇ ਕਿਸੇ ਦਾ ਤਨ ਹੀ ਨਹੀਂ ਤੇ ਮਨ ਕਿੱਥੇ ਟਿਕੇਗਾ, ਤਨ ਦੇ ਨਾਲ ਹੀ ਮਨ ਮਿਲਦਾ। ਮਨ ਵਿਚਾਰਾਂ ਦਾ ਸੰਗ੍ਰਹਿ ਹੈ, ਵਿਕਾਰਾਂ ਦਾ ਨਹੀਂ। ਪਰ ਜਦੋਂ ਤਨ ਚਲਾ ਜਾਂਦਾ ਹੈ, ਉਦੋਂ ਮਨ ਦੇ ਵਿਚਾਰ ਵੀ ਖਤਮ ਹੋ ਜਾਂਦੇ ਨੇ। ਤਨ ਤੇ ਮਨ ਦਾ ਆਪਸੀ ਰਿਸ਼ਤਾ ਹੈ। ਹੁਣ ਤਨ ਉਹ ਹੈ ਜਿਹੜਾ
ਮੇਰਾ ਵਿਕਾਰਾਂ ਦਾ ਘਰ ਹੈ, ਤੁਹਾਡਾ ਪਾਣੀ ਵੀ ਹੈ, ਖਤਮ ਹੋਣ ਵਾਲਾ, ਨਸ਼ਾ ਰਹਿਣ ਵਾਲਾ ਨਹੀਂ। ਤੇ ਮਨ ਜਿਹੜਾ ਹੈ ਉਹ ਇਹਦੇ ਅੰਦਰ ਹੈ, ਉਹਦੇ ਬਿਨਾਂ ਰੱਬ ਨਹੀਂ ਬਹਿੰਦਾ। ਦਿਲ ਮੈਂ ਖੋਜ ਦਿਲੋ ਦਿਲ ਖੋਜੋ, ਇਹੀ ਠੋਰ ਮੁਕੰਮ। ਬੜਾ ਅਜੀਬ ਕਿਸਮ ਦਾ ਰਿਸ਼ਤਾ ਸਾਡੇ ਸਾਹਮਣੇ ਰੱਖ ਦਿੱਤਾ, ਜਿਹੜਾ ਇਸ ਅਸ਼ਟਪਦੀ ਅੰਦਰ ਸਮਝਾ ਕੇ ਅੱਜ ਅਖੀਰ ਤੇ ਪਹੁੰਚਣਾ ਹੈ। ਦੋ ਦਰਸ਼ਨ ਹੁਣ ਚਿੱਕੜ ਵਿੱਚ ਕਵਲ ਫੁੱਲ ਪੈਦਾ ਹੁੰਦਾ ਹੈ, ਕਵਲ ਫੁੱਲ ਤੇ ਭਵਰਾ ਹੁੰਦਾ। ਜ਼ਰਾ ਐਗਜ਼ਾਮਪਲ, ਭਵਰਾ ਇਹ ਨਹੀਂ ਵੇਖਦਾ ਕਿ ਇਹ ਚਿੱਕੜ ਵਿੱਚ ਪੈਦਾ ਹੁੰਦਾ ਹੈ, ਉਹਦਾ ਸੰਬੰਧ ਕਮਲ ਫੁੱਲ ਨਾਲ ਹੈ, ਚਿੱਕੜ ਨਾਲ ਨਹੀਂ। ਪਰ ਪੈਦਾ ਚਿੱਕੜ ਵਿੱਚ ਹੁੰਦਾ। ਕਹਿਣ ਲੱਗੇ ਇਸੇ ਤਰ੍ਹਾਂ ਤਨ ਵਿਕਾਰਾਂ ਦਾ ਸੰਗ੍ਰਹਿ ਇਹਦੇ ਵਿੱਚ ਹੈ ਕਿ ਗੁਰੂ ਨੇ ਬਾਣੀ ਅੰਦਰ ਕਹਿ ਦਿੱਤਾ, ਹਾੜ ਮਾਸ ਨਾੜੀ ਕੋ ਪਿੰਜਰ, ਅਸਤ ਚਰਮ ਵਿਸ਼ਟਾ। ਸ੍ਰੀ ਗੁਰੂ ਸਾਹਿਬ ਦੀ ਬਾਣੀ ਹੈ। ਪਲੇਟੇ ਮਾਨੋ ਜਿੰਨੇ ਇਹ ਚਰਮ ਨੇ, ਜਿਹੜੇ ਇਹਦੀ ਖਲੜੀ ਹੈ, ਸਕਿਨ ਹੈ, ਇਹ ਹੱਡੀਆਂ ਤੇ ਲਪੇਟੀ ਹੋਈ ਹੈ। ਕਹਿਣ ਲੱਗੇ ਤੇਰੀ ਅਸਲੀਅਤ ਕੀ ਹੈ? ਛੱਤ ਕੱਤ ਟੇਢੇ ਟੇਢੇ ਟੇਢੇ, ਬੜਾ ਹੰਕਾਰ ਵਿੱਚ ਟੇਢਾ ਹੋ ਤੁਹਾਨੂੰ ਕਦੀ ਤੂੰ ਆਪਣੇ ਆਪ ਨੂੰ ਪਛਾਣਿਆ? ਤੂੰ ਹੈ ਕਿ ਅਸਤ ਚਰਮ ਵਿਸ਼ਟਾ ਤੇ ਮੁੰਡੇ, ਹੱਡੀਆਂ ਤੇ ਮਾਸ, ਅਸਤ ਹੱਡੀਆਂ ਆਪਾਂ ਕਹਿੰਦੇ ਨਾ, ਅਸਤੀਆਂ ਪਾਉਣੀਆਂ ਨੇ, ਅਸਤ ਦਾ ਮਤਲਬ ਹੱਡੀਆਂ, ਚਰਮ ਚਮੜੇ ਤੇ ਵਿਸ਼ਟਾ ਗੰਦਗੀ। ਇਹ ਕੈਸਾ ਥੈਲਾ ਹੈ ਜਿਹੜਾ ਹੱਡੀਆਂ ਦੇ ਸਟਰਕਚਰ ਤੇ ਚਮੜੇ ਨਾਲ ਮੜਿਆ ਹੋਇਆ ਤੇ ਉਹਦੇ ਉੱਤੇ ਵਿਸ਼ਟਾ ਬਦਬੂ ਭਰੀ ਹੋਈ। ਆਹ ਤੇਰੀ ਅਸਲੀਅਤ ਹੈ। ਚਲਤ ਕੱਤ ਟੇਢੇ ਟੇਢੇ ਟੇਢੇ, ਅਸਤ ਚਰਮ ਵਿਸ਼ਟਾ ਤੇ ਮੁੰਦੇ, ਦੁਰਗੰਧ ਹੀ ਤੇ ਬੈਠੇ ਮੇਰੀ ਬਦਬੂ। ਪਰ ਕਿਹੜੀ ਅਜੀਬ ਗੱਲ ਹੈ, ਉਹ ਤਨ ਜਿਹੜਾ ਅਸਤ ਚਰਮ ਵਿਸ਼ਟਾ ਤੇ ਮੁੰਦੇ ਹੈ, ਉਹ ਤਨ ਉਹ ਸਰੀਰ ਜਿਹੜਾ ਦੁਰਗੰਧ ਹੀ ਕੇ ਬੇਡੇ ਹੈ, ਉਹਦੇ ਵਿੱਚ ਮਨ ਹੈ। ਮਨ ਮੈਂ ਸੱਚਾ ਹੈ, ਮਨ ਵਿੱਚ ਰੱਬ ਹੈ। ਕਿਹੜੀ ਅਜੀਬ ਕਿਸਮ ਦੇ ਦਰਸ਼ਤਾ ਬਣ ਗਏ। ਗੁਰਬਾਣੀ ਨੂੰ ਜਿਉਂ ਜਿਉਂ ਸਮਝੀਏ ਬੜਾ ਸਾਦਾ ਹੈ। ਕਹਿ ਲੱਗੀ ਕਿਹੜਾ ਅਜੀਬ ਕਿਸਮ ਦਾ ਰਿਸ਼ਤਾ, ਤਨ ਮੇਰੇ ਵਿਕਾਰ ਨੇ, ਤਨ ਮੇਰੀ ਬਦਬੂ ਹੈ, ਮਨੋ ਚਿੱਕੜ ਹੈ, ਇਹਦੇ ਵਿੱਚ ਮਨ ਕਮਲ ਫੁੱਲ ਹੋ ਜਾਏ ਤੇ ਉਸ ਕਮਲ ਫੁੱਲ ਵਿੱਚ ਜਿਹੜੀ ਖੁਸ਼ਬੂ ਹੈ ਉਹ ਮੇਰਾ ਰੱਬ ਹੈ, ਖੁਸ਼ਬੂ ਮੇਰਾ ਰੱਬ ਹੈ। ਇਸੇ ਲਈ ਗੁਰਬਾਣੀ ਅੰਦਰ ਕਹਿ ਦਿੱਤਾ, ਪੋਪ ਮੱਧ ਜਿਉ ਬਾਸ ਮਸਤ ਹੈ, ਮੁਖਰ ਮਾਹੇ ਜੈਸੇ ਛਾਈ, ਜਿਵੇਂ ਫੁੱਲ ਵਿੱਚ ਖੁਸ਼ਬੂ ਰਹਿੰਦੀ ਹੈ ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ ਹੈ। ਚਿੱਕੜ ਵਿੱਚ ਕਮਲ ਫੁੱਲ, ਕਮਲ ਫੁੱਲ ਵਿੱਚ ਖੁਸ਼ਬੂ ਦਾ ਨਿਵਾਸ ਹੈ, ਤਨ ਵਿੱਚ ਮਨ ਤੇ ਮਨ ਵਿੱਚ ਰੱਬ ਦਾ ਨਿਵਾਸ ਹੈ।
ਹੁਣ ਤਨ ਤਾਂ ਵਿਕਾਰ ਹੈ, ਮਨ ਵਿਚਾਰ ਭ੍ਰਿਸ਼ਟ ਹੈ। ਹੁਣ ਕਹਿਣ ਲੱਗੇ ਜੇ ਮਨ ਤੱਕ ਪਹੁੰਚ ਕਰਨੀ ਹੈ ਤਾਂ ਜ਼ਰੂਰੀ ਗੱਲ ਹੈ ਤਨ ਦੇ ਰਾਹੀਂ ਕਰਨੀ ਪਏਗੀ। ਇੱਥੇ ਪਹੁੰਚ ਰਹੇ ਨੇ, ਇਸੇ ਵੱਲੋਂ ਪਿਛਲਾ ਸਾਰਾ ਸ਼ਬਦ ਇਸੇ ਗੱਲ 'ਤੇ ਤੁਰਿਆ ਹੁੰਦਾ ਹੈ। ਹੁਣ ਕਹਿੰਦੇ ਨੇ ਕਿ ਇਸੇ ਲਈ ਕਹਿ ਦਿੱਤਾ ਹੈ ਕਿ ਮੇਰਾ ਰੱਬ ਸੰਸਾਰ ਵਿੱਚ ਰਹਿੰਦਾ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹੁਣ ਸੰਸਾਰ ਵਿੱਚ ਰਹਿੰਦਾ ਤਾਂ ਲਿਖ ਦਿੱਤਾ, ਅਤੇ ਸੰਸਾਰ 'ਚ ਕਿਹੜਾ? ਕੋਈ ਕਹਿ ਸਕਦਾ ਖੁਸ਼ਬੂ ਚਿੱਕੜ ਵਿੱਚ ਰਹਿੰਦੀ ਹੈ? ਨਹੀਂ, ਚਿੱਕੜ ਇੱਕ ਸਾਧਨ ਹੈ ਜਿਹਦੇ ਵਿੱਚ ਕਬਲ ਫੁੱਲ ਹੈ। ਕਹਿੰਦੇ ਨੇ ਜੇ ਸੰਸਾਰ ਨਾ ਹੋਵੇ, ਜੇ ਦੁਨੀਆ ਨਾ ਬਣਦੀ, ਜੇ ਸੰਸਾਰ ਨਾ ਹੁੰਦਾ ਤੇ ਨਿਰੰਕਾਰ ਕਿਵੇਂ ਦੇਖਿਆ ਜਾਂਦਾ? ਹੁਣ ਦੇਖੋ ਅਜੋੜ ਨੂੰ ਜੋੜ ਵਿੱਚ ਕਿਵੇਂ ਲਿਆ ਰਹੇ ਨੇ। ਕਹਿੰਦੇ ਨੇ ਇਸ ਲਈ ਇੱਕ ਖਿਆਲ ਕਰ, ਆਖਰੀ ਜਿਹੜੇ ਤਿੰਨ ਪਦ ਨੇ ਉੱਥੇ ਚੱਲਣਾ। ਕਹਿਣ ਲੱਗੇ ਸੋ ਬ੍ਰਹਿਮੰਡ, ਜਿਹੜਾ ਬ੍ਰਹਿਮੰਡ ਵਿੱਚ ਹੈ ਭਾਵ ਸੰਸਾਰ ਵਿੱਚ ਹੈ, ਉਹ ਤੇਰੇ ਪਿੰਡੇ ਵਿੱਚ ਵੀ ਹੈ, ਭਾਵ ਤੇਰੇ ਤਨ ਵਿੱਚ, ਤੇਰੇ ਸਰੀਰ ਵਿੱਚ ਵੀ ਹੈ। ਸੋ ਬ੍ਰਹਿਮੰਡ ਪਿੰਡ ਸੋ ਜਾਲ, ਪਿੰਡ ਕਹਿੰਦੇ ਨੇ ਪਿੰਡੇ ਨੂੰ, ਸਰੀਰ ਨੂੰ, ਇਸੇ ਲਈ ਆਪਾਂ ਇਹਨੂੰ ਪਿੰਡਾਂ ਵੀ ਕਹਿੰਦੇ ਹਾਂ। ਕਹਿੰਦੇ ਨੇ ਜਿਹੜਾ ਬ੍ਰਹਿਮੰਡ ਨੂੰ ਸਿਰਜਣ ਵਾਲਾ, ਜਿਹੜਾ ਬ੍ਰਹਿਮੰਡ ਵਿੱਚ ਰਹਿੰਦਾ ਹੈ, ਉਹ ਤੇਰੇ ਪਿੰਡੇ ਵਿੱਚ ਵੀ ਰਹਿੰਦਾ ਹੈ। ਪਰ ਇਸ ਗੱਲ 'ਤੇ ਤੈਨੂੰ ਵਿਸ਼ਵਾਸ ਨਹੀਂ ਆ ਰਿਹਾ, ਇਸ ਲਈ ਤੂੰ ਬ੍ਰਹਿਮੰਡ ਵਿੱਚ ਤੇ ਰੱਬ ਨੂੰ ਢੂੰਡ ਰਿਹਾ। ਬਾਬਾ ਕਬੀਰ ਜੀ ਨੇ ਅੱਖਾਂ 'ਤੇ ਲਬ ਰੱਖੇ ਸਨ, ਉਹ ਜੋ ਦਿਸੇ ਅੰਬਰ ਤਾਰੇ, ਕਿਨੋ ਚੀਤੇ ਚੀਤਨ ਹਾਰੇ, ਕਹੋ ਰੇ ਪੰਡੀਆ ਅੰਬਰ ਕਾਸ਼ਵ ਲਾਗਾ, ਬੂਝੇ ਬੂਝਣ ਹਾਰ ਸੁਭਾਗਾ। ਕਹਿਣ ਲੱਗੇ ਤੂੰ ਤਾਰੇ ਵੇਖਣਾ, ਮੈਂ ਤਾਰਿਆਂ ਨੂੰ ਸਾਜਣ ਵਾਲਾ ਦੇਖਣਾ। ਤਾਰੇ ਹੀ ਤੱਕ ਕਿਸ ਨੇ ਬਣਾਏ, ਫਰਕ ਹੈ ਨਾ ਸੋਚਣ ਦਾ। ਕਹਿਣ ਲੱਗੇ ਇਸੇ ਤਰ੍ਹਾਂ ਜੋ ਤੂੰ ਬ੍ਰਹਿਮੰਡ ਵਿੱਚ ਤੇ ਆਖਰੇ ਰੱਬ ਰਹਿੰਦਾ, ਤੇ ਇਸੇ ਲਈ ਤੂੰ ਬ੍ਰਹਿਮੰਡ ਵਿੱਚ ਉਸ ਨੂੰ ਢੂੰਡ ਰਿਹਾ। ਬ੍ਰਹਿਮੰਡ ਵਿੱਚ ਗੁਰਦੁਆਰੇ ਵੀ ਆਉਂਦੇ ਨੇ, ਬ੍ਰਹਿਮੰਡ ਵਿੱਚ ਧਰਮਸ਼ਾਲਾ ਠਾਕਰ ਦੁਆਰੇ ਵੀ ਆਉਂਦੇ ਨੇ, ਬ੍ਰਹਿਮੰਡ ਵਿੱਚ ਜੰਗਲ ਬਿਆਬਾਨ ਵੀ ਆਉਂਦੇ ਨੇ ਜਿੱਥੇ ਸਾਧੂ ਸਮਾਧੀਆਂ ਲਾਈ ਬੈਠੇ ਨੇ। ਬ੍ਰਹਿਮੰਡ ਦਾ ਸਾਰੇ ਹਿੱਸਾ, ਪਰ ਸਾਰਾ ਕੁਝ ਹੋਣ ਦੇ ਬਾਵਜੂਦ ਇੰਨੇ ਬ੍ਰਹਿਮੰਡ ਵਿੱਚ ਢੂੰਡਣ ਵਾਲੇ ਆ, ਤੈਨੂੰ ਆਪਣੇ ਪਿੰਡੇ 'ਤੇ ਵਿਸ਼ਵਾਸ ਨਹੀਂ? ਉਹ ਤੇਰੇ ਪਿੰਡ ਵਿੱਚ ਵੀ ਹੈ। ਬਸ ਆ ਪਛਾਣ ਲੈ, ਕਿਉਂਕਿ ਪਿੰਡ ਦੇ ਅੰਦਰ ਮਨ ਹੈ, ਬ੍ਰਹਿਮੰਡ ਵਿੱਚ ਮਨ ਨਹੀਂ, ਕਿਉਂਕਿ ਤਨ ਮੈਂ ਮਨਮੁਆ, ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਕਹਿਣ ਲੱਗੇ ਮਨ ਤਾਂ ਜਿਹੜਾ ਉਹ ਤਾਂ ਹੈ ਤਨ ਵਿੱਚ, ਤੇਰੇ ਪਿੰਡ ਵਿੱਚ, ਪਿੰਡਾਂ ਵਿੱਚ, ਅਤੇ ਤੂੰ ਬ੍ਰਹਿਮੰਡ ਵਿੱਚ ਰੱਬ ਨੂੰ ਢੂੰਡਦਾ ਫਿਰਨਾ। ਦੇਸ਼ ਛੋੜ ਪਰਦੇਸੇ ਧਾਇਆ, ਜੰਗਲ ਜੰਗਲ ਕਿਆ ਭਾਵੇਂ, ਵਨ ਕੰਡਾ ਮੋੜ ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡ। ਤੂੰ ਬ੍ਰਹਿਮੰਡ ਵਿੱਚ ਤਾਂ ਉਹਨੂੰ ਢੂੰਡ ਰਿਹਾ, ਤੂੰ ਆਪਣੇ ਪਿੰਡ ਵਿੱਚ ਨਹੀਂ ਢੂੰਡ ਰਿਹਾ। ਬਾਬਾ ਕਬੀਰ ਕਹਿਣ ਲੱਗੇ ਸੋ ਬ੍ਰਹਿਮੰਡ,
ਪਿੰਡ ਸੋ ਜਾਣ। ਜਿਸ ਦਿਨ ਤੂੰ ਆਪਣੇ ਪਿੰਡੇ ਵਿੱਚ ਆਪਣੇ ਅੰਦਰੋਂ ਆਪਣੇ ਮਨ ਵਿੱਚ ਰੱਬ ਨੂੰ ਢੂੰਡਣਾ ਸ਼ੁਰੂ ਕਰ ਦਿੱਤਾ, ਫਿਰ ਸਮਝ ਲਈ ਮਾਨ ਸਰੋਵਰ ਕਰ ਇਸ਼ਨਾਨ। ਮਾਨ ਸਰੋਵਰ ਕੀ ਹੀਰੇ ਲਾਲ ਜਵਾ ਰਾਤਾਂ ਦਾ ਸਾਗਰ ਸਮੁੰਦਰ ਭਰਿਆ ਹੋਇਆ। ਕਹਿਣ ਲੱਗੇ ਗੁਨਾ ਰੂਪੀ ਸਾਗਰ ਭਰਿਆ ਹੋਇਆ ਜਿਹੜਾ ਹੈ ਗੁਰਸਾਗਰ ਰਤਨੀ ਭਰਪੂਰ ਹੈ, ਉਹ ਫਿਰ ਤੈਨੂੰ ਅੰਦਰ ਮਿਲ ਜਾਏਗਾ। ਤੂੰ ਅੰਦਰ ਹੀ ਇਸ਼ਨਾਨ ਕਰੇਗਾ, ਬਾਹਰ ਬ੍ਰਹਿਮੰਡ ਵਿੱਚ ਤੀਰਥਾਂ ਤੇ ਪਰ ਨਹੀਂ ਪਾਉਂਦਾ ਫਿਰੇਗਾ। ਫਿਰ ਕਹਿਣ ਲੱਗੇ ਖਿਆਲ ਕਰੀ ਸੋਹਨ ਸੋ ਜਾਕੋ ਹੈ ਜਾਪ। ਆਹ ਗੱਲ ਲਫਜ਼ ਬੜੇ ਸੁੰਦਰ ਮਾਲਕ, ਸੋਹਨ ਸੋ ਜਾਕੋ ਹੈ ਜਾਪ। ਜਿੰਦਾ ਜਾਪ ਜਿੰਦਾ ਜਿੰਦੀ ਉਪਾਸ਼ਨਾ ਹੈ ਮੈਂ ਰੱਬ ਨਾ ਸੋਚਿਓ। ਸੋਹਨ ਸੋ ਜਾਕੋ ਹੈ ਜਾਪ, ਇਹਦਾ ਮਤਲਬ ਮੈਂ ਆਪਣੇ ਆਪ ਨੂੰ ਰੱਬ ਸਮਝ ਰਿਹਾ ਨਹੀਂ, ਇਸ ਗੱਲ ਨੂੰ ਸਮਝਣਾ। ਬਾਬਾ ਕਬੀਰ ਜੀ ਨੇ ਆਪਣੇ ਸਲੋਕਾਂ ਵਿੱਚ ਵੀ ਇਹ ਗੱਲ ਆਖੀ ਹੈ। ਕਰਦਾ ਹੋਇਆ ਭਗਤ ਰੱਬ ਰੂਪ ਨਾ ਹੋ ਜਾਏ, ਉਹਦੇ ਵਿੱਚ ਨਾ ਸਮਾ ਜਾਏ ਤਾਂ ਭਗਤੀ ਅਧੂਰੀ ਹੈ। ਹਰ ਹਰ ਜਾਣ ਦੋਏ ਏਕ ਹੈ, ਹਰ ਹਰ ਜਾਣ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉ ਜਲ ਹੀ ਮਿੱਠੇ ਸਮਾਏ। ਕਹਿਣ ਲੱਗੇ ਹਰੀ ਤੇ ਹਰੀ ਦਾ ਜਨ ਦੋਨੋਂ ਇੱਕੋ ਹੀ ਨੇ, ਬਿਬ ਵਿਚਾਰ ਹੋ, ਇਸ ਤੋਂ ਵੱਖਰੀ ਹੋਰ ਕੋਈ ਗੱਲ ਨਹੀਂ। ਬਿਬ ਵਿਚਾਰ ਅਖੇ ਇਹ ਕੋਈ ਐਗਜ਼ਾਮਪਲ ਹੈ, ਜਿਵੇਂ ਜਲ ਵਿੱਚੋਂ ਬੁਲਬੁਲਾ ਪੈਦਾ ਹੁੰਦਾ ਹੈ, ਵੱਖਰਾ ਦਿਸਦਾ ਹੈ, ਅਤੇ ਜਦੋਂ ਫਟਦਾ ਹੈ ਉਹ ਜਲ ਦੇ ਵਿੱਚ ਹੀ ਸਮਾ ਜਾਂਦਾ ਹੈ, ਉਹਨੂੰ ਵੱਖਰਾ ਉਠਾ ਕੇ ਕੀਤਾ ਨਹੀਂ ਜਾ ਸਕਦਾ। ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ। ਕਹਿਣ ਲੱਗੇ ਤੂੰ ਤੂੰ ਕਰਤਾ ਤੂੰ ਹੋਆ, ਤੈਨੂੰ ਤੇਰਾ ਨਾਮ ਜਪਦਿਆਂ ਜਪਦਿਆਂ ਤੂੰ ਤੂੰ ਕਰਦਿਆਂ ਕਰਦਿਆਂ ਜੇ ਤੂੰ ਹੀ ਨਾ ਹੋ ਜਾਏ, ਵੱਖਰਾ ਹੀ ਰਹਿ ਜਾਏ, ਤਾਂ ਫਿਰ ਇਹਦਾ ਮਤਲਬ ਤੂੰ ਤੂੰ ਨਹੀਂ ਹੋਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਹੈ, ਕਹਿਣ ਲੱਗੇ ਹਮ ਕਿਸ ਨਾਹੀਂ ਇੱਕ ਹੈ ਉਹੀ, ਅੱਗੇ ਪਾਛੇ ਏਕੋ ਸੋਈ, ਨਾਨਕ ਗੁਰ ਖੋਏ ਭਰਮ ਪੰਗਾ, ਹਮ ਓਏ ਮਿਲ ਹੋਏ ਏ ਕਰੰਗਾ। ਤੇ ਜਦੋਂ ਮੈਂ ਰਿਹਾ ਹੀ ਕੁਝ ਨਹੀਂ, ਸਭ ਕੁਝ ਉਹੋ ਹੀ ਹੋ ਗਿਆ। ਇੱਕ ਵਾਰ ਇੱਕ ਲਫ਼ਜ਼ ਆਏ ਸਨ ਗੁਰਬਾਣੀ ਦੇ, ਸੁਣ ਸਕੀ ਜੀ ਮੈਂ ਪੀ ਬਸੇ, ਪੀ ਮੈਂ ਬਸੇ ਕਿ ਜੀਉ, ਇਹ ਸਖੀ ਸਹੇਲੀ ਹੈ ਸੁਣ, ਮੇਰੇ ਜੀਵਨ ਅੰਦਰ ਮੈਂ ਹੈਰਾਨ ਹਾਂ, ਮੇਰਾ ਮਾਲਕ ਰਹਿੰਦਾ ਹੈ ਪੀ ਰਹਿੰਦਾ ਹੈ, ਪਰ ਹੁਣ ਤੇ ਮੇਰੇ ਲਈ ਮੁਸ਼ਕਲ ਬਣ ਗਈ ਹੈ। ਜਦੋਂ ਮੈਂ ਅੰਦਰ ਝਾਕ ਮਾਰਨੀ ਆ ਮੈਨੂੰ ਪਛਾਣਨਾ ਔਖਾ ਹੋ ਜਾਂਦਾ ਹੈ ਕਿ ਅੰਦਰ ਜਿਹੜਾ ਵਸ ਰਿਹਾ ਹੈ ਉਹ ਜੀਉ ਹੈ ਜਾਂ ਪੀਊ ਹੈ। ਇਹਨੂੰ ਹੈ ਅਭੇਦਤਾ ਕਹਿੰਦੇ ਨੇ। ਕਹਿਣ ਲੱਗੇ ਸੁਣ ਸਖੀ ਜੀ ਮੈਂ ਪੀ ਬਸੇ, ਪੀ ਮੈਂ ਬਸੇ ਕਿ ਜੀਉ, ਜੀਉ ਪੀਉ ਬੂਝੇ ਨਹੀਂ ਘੱਟ ਮੈਂ ਜੀਉ ਕਿ ਪੀਉ।
ਹੁਣ ਬੁੱਝਣਾ ਹੀ ਔਖਾ ਹੋ ਗਿਆ। ਹੁਣ ਇੱਥੇ ਵੀ ਇਸੇ ਲਫ਼ਜ਼ ਨੂੰ ਦੁਹਰਾਏਗਾ, ਕਹਿੰਦੇ ਸੋਹਮ ਸੋ ਜਾਕੋ ਹੈ ਜਾਪ। ਜਦੋਂ ਜਪਦਿਆਂ ਜਪਦਿਆਂ ਸੋਹਮ ਹੋ ਜਾਏ ਕਿ ਮੈਂ ਹੁਣ ਕੁਝ ਨਹੀਂ ਰਿਹਾ, ਉਹੋ ਹੀ ਹੈ ਸਭ ਕੁਝ, ਮੈਂ ਕੁਝ ਨਹੀਂ ਰਿਹਾ, ਮੇਰੀ ਆਪਣੀ ਹੋਂਦ ਕੁਝ ਨਹੀਂ ਰਹੀ, ਜਦੋਂ ਮਨ ਦੀ ਅਵਸਥਾ ਇਹ ਪਹੁੰਚ ਜਾਏ ਉਦੋਂ ਕਹਿੰਦੇ ਨੇ ਫਿਰ ਕੀ ਹੁੰਦਾ, ਜਾਂਕੋ ਲਿਪਤ ਨਾ ਹੋਏ ਪੁੰਨ ਅਰਪਾ। ਉਸ ਵਕਤ ਫਿਰ ਪਾਪ ਪੁੰਨ ਵੀ ਖਤਮ ਹੋ ਜਾਂਦੇ ਨੇ, ਕਿਉਂਕਿ ਮੈਂ ਤੇ ਕੁਝ ਹੋਇਆ ਹੀ ਨਹੀਂ, ਕੁਝ ਕੀਤਾ ਹੀ ਨਹੀਂ, ਨਾ ਮੈਂ ਕੁਝ ਕਰ ਸਕਣਾ। ਕਬੀਰ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਜੋ ਕੁਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ, ਜੇ ਮੈਂ ਕੁਝ ਕਰ ਹੀ ਨਹੀਂ ਸਕਦਾ ਤੇ ਮੈਂ ਪਾਪ ਕੀ ਕੀਤਾ ਤੇ ਪੁੰਨ ਕੀ ਕੀਤਾ, ਸਾਰੀ ਚੀਜ਼ ਮਗਰ ਲੈ ਗਈ ਨਾ। ਕਹਿਣ ਲੱਗੇ ਇੱਕ ਅਵਸਥਾ ਹੈ ਜਿੱਥੇ ਜਾ ਕੇ ਆਪਾ ਮਿਟ ਜਾਂਦਾ ਹੈ, ਜਦੋਂ ਅਸੀਂ ਆਪਾਂ ਮਿਟਾ ਦਿੰਦੇ ਹਾਂ ਫਿਰ ਸੋਹਣ ਦਾ ਜਾਪ ਹੁੰਦਾ ਕਿ ਤੂੰ ਮਾਲਕ ਬਸ ਮੈਂ ਹੁਣ ਤੂੰ ਤੇਰਾ ਰੂਪ ਹੀ, ਮੈਂ ਤੇਰੇ ਤੋਂ ਵੱਖ ਨਹੀਂ। ਉੱਥੇ ਜਾ ਕੇ ਪਾਪ ਪੁੰਨ ਵੀ ਖਤਮ ਹੋ ਜਾਂਦਾ, ਉੱਥੇ ਗਰਮੀ ਸਰਦੀ ਵੀ ਖਤਮ ਹੋ ਜਾਂਦੀ, ਨਾ ਉੱਥੇ ਤੱਤੀ ਤਵੀ ਰਹਿੰਦੀ, ਨਾ ਕੋਈ ਠੰਡਕ ਵੱਖਰੀ ਰਹਿੰਦੀ। ਕਹਿਣ ਲੱਗੇ ਇਸਾ ਕਾਮ ਤੇ ਸ਼ਾਮ ਦੋ ਲਫ਼ਜ਼ ਨੇ, ਕਾਮ ਦਾ ਮਤਲਬ ਗਰਮੀ, ਸ਼ਾਮ ਦਾ ਮਤਲਬ ਠੰਡੀ ਹਵਾ, ਸੀਤਲਤਾ। ਉੱਥੇ ਨਾ ਕਾਮ ਹੈ ਨਾ ਸ਼ਾਮ ਹੈ। ਫਿਰ ਕਹਿਣ ਲੱਗੇ ਮੈਂ ਤੇ ਹੋਰ ਹੈਰਾਨ ਹਾਂ ਵੀ ਇਹ ਸਭ ਕੁਝ ਹੁੰਦਾ ਕਿਵੇਂ, ਇਹ ਹੁੰਦਾ ਤਾਂ ਹੈ ਜੇ ਗੁਰੂ ਦੀ ਸ਼ਾਮ ਵਿੱਚ ਜਾਵੇ, ਬਾਹਰੋਂ ਕਿਤੇ ਨਹੀਂ ਮਿਲਦਾ। ਸ਼ਾਮ ਕਹਿੰਦੇ ਨੇ ਸ਼ਰਨ ਨੂੰ, ਗੁਰੂ ਦੀ ਸ਼ਰਨ ਵਿੱਚ ਭਾਵ ਗੁਰੂ ਸ਼ਬਦ ਨਾਲ ਜੁੜੇ ਤਾਂ ਮਨ ਦੀ ਅਵਸਥਾ, ਸਹਿਜ ਅਵਸਥਾ ਉਹ ਬਣਦੀ ਹੈ ਜਿੱਥੇ ਨਾ ਪੁੰਨ ਰਹਿੰਦਾ ਨਾ ਪਾਪ ਰਹਿੰਦਾ, ਨਾ ਗਰਮੀ ਰਹਿੰਦੀ ਹੈ ਨਾ ਸਰਦੀ ਰਹਿੰਦੀ ਹੈ, ਨਾ ਆਪਣਾ ਰਹਿੰਦਾ ਨਾ ਬੇਗਾਨਾ ਰਹਿੰਦਾ। ਉਸਨੂੰ ਫਿਰ ਆਖਦੇ ਨੇ ਨਾ ਕੋ ਦੁਸ਼ਮਣ ਦੁਖੀਆ ਨਾ ਹੀ ਕੋ ਮੰਦਾ, ਗੁਰਮੇਲ ਹੁਕਮ ਪਛਾਣਿਆ ਨਾਨਕ ਖਸਮੇ ਬੰਦਾ। ਇੱਕ ਅਪੇਤਾ ਦਾ ਉਹ ਸਮਾਂ, ਬਾਬਾ ਕਬੀਰ ਜੀ ਅੱਗੇ ਜਾ ਕੇ ਕਹਿੰਦੇ ਨੇ ਫਿਰ ਉਹ ਅਵਸਥਾ ਕੈਸੀ ਹੈ ਜਿਹੜੀ ਕਦੀ ਮੁੱਕਦੀ ਨਹੀਂ, ਉਹ ਬਦਲਦੀ ਨਹੀਂ, ਉਹਨੂੰ ਕੋਈ ਦੁਸ਼ਮਣ ਆ ਕੇ ਖਤਮ ਨਹੀਂ ਕਰ ਸਕਦਾ, ਟਾਲੀ ਨਾ ਕਰੇ, ਆਵੇ ਨਾ ਜਾਏ, ਨਾ ਉਹ ਆਉਂਦੀ ਹੈ ਜਾਂਦੀ ਹੈ। ਸੁਣ ਸਹਿਜ ਮੈਂ ਰਹੋ ਸਵਾਰੇ, ਉੱਥੇ ਸੁਣ ਸਹਿਜ ਕੀ ਹੈ, ਅਪੁਰ ਅਵਸਥਾ। ਅੱਗੇ ਆ ਚੁੱਕੇ ਨੇ ਲਫ਼ਜ਼ ਕਈ ਵਾਰ ਕਿ ਸੁਣ ਦਾ ਅਰਥ ਹੈ ਜ਼ੀਰੋ, ਕੁਛ ਵੀ ਨਹੀਂ। ਜਦੋਂ ਆਪਾਂ ਮਿਟ ਗਿਆ ਉੱਥੇ ਸੁਣ ਸਹਿਜ ਹੋ ਗਈ, ਸੁਣ ਦਾ ਅਰਥ ਜ਼ੀਰੋ। ਆਪਾਂ ਵੈਸੇ ਵੀ ਹਿੰਦੀ ਸੁਣ ਆਖਦੇ ਨੇ ਜ਼ੀਰੋ ਨੂੰ, ਜਿੱਥੇ ਕੁਝ ਵੀ ਨਾ ਹੋਵੇ। ਕਹਿਣ ਲੱਗੇ ਸੁਣ ਸਹਿਜ ਮੈਂ ਰਹੋ ਸਮਾਏ, ਕਹਿਣ ਲੱਗੇ ਜਦੋਂ ਇਸ ਅਵਸਥਾ ਤੇ ਪਹੁੰਚਦਾ ਫਿਰ ਉਹ ਮਨ ਵਿੱਚ, ਕਿਉਂਕਿ ਬਾਹਰ ਤਾਂ ਕੁਝ ਰਹਿੰਦਾ ਹੀ ਨਹੀਂ, ਫਿਰ ਉਹ ਮਨ ਅੰਦਰ ਉਸਦਾ ਟਿਕਾਣਾ ਲੱਭ ਲੈਂਦਾ, ਜਿੱਥੋਂ ਬਾਬਾ ਕਬੀਰ ਜੀ ਨੇ ਆਖਿਆ ਸੀ ਅਗਮ ਦਰਗਮ ਗੜ ਰਚੇ ਉਹ ਬਾਸ, ਜਿਸ ਮਾਲਕ ਨੇ ਅਗਮ ਦਰਗਮ ਗੜ ਮਨ ਰੂਪੀ ਵਸ ਟਿਕਾਣਾ ਮਨ ਰਚਿਆ ਸੀ, ਕਿ ਅਗਮ ਲਫ਼ਜ਼ ਆਏ ਸਨ ਕਿ ਅਗਮ ਰੂਪ ਕਾ ਮਨ ਮੈਂ ਥਾਣਾ, ਗੁਰਪ੍ਰਸਾਦ ਕਿਨੇ ਵਿਰਲੇ ਜਾਣਾ, ਉਸ ਅਗਮ ਰੂਪ ਪਰਮਾਤਮਾ ਨੇ ਮਨ ਵਿੱਚ ਆਪਣਾ ਨਿਵਾਸ ਬਣਾਇਆ ਸੀ। ਕਹਿਣ ਲੱਗੇ ਜਦੋਂ ਬਾਬਾ ਕਬੀਰ ਜੀ ਦਾ ਖਿਆਲ ਹੈ ਜਦੋਂ ਮਨੁੱਖ ਇੱਥੇ ਪੁੱਜਦਾ ਹੈ ਸੁਣ ਅਵਸਥਾ ਵਿੱਚ, ਸੋਹਣ ਦੇ ਜਾਪ ਵਿੱਚ, ਭਾਵ ਜੋ ਕੁਛ ਕਰਦਾ ਉਹਦੇ ਵਿੱਚੋਂ ਆਪਾ ਖਤਮ ਹੋ ਜਾਂਦਾ ਕਿ ਮੈਂ ਕੁਝ ਨਹੀਂ, ਨਾ ਹਮ ਕੀਆ ਨਾ ਕਰੇਂਗੇ। ਮੈਨੂੰ ਕਈ ਵਾਰ ਸਵਾਲ ਕਰਨ ਵਾਲੇ ਲੋਕ ਕਹਿੰਦੇ ਨੇ
ਬਾਬਾ ਨਾਮਦੇਵ ਜੀ ਦਾ ਸ਼ਬਦ ਜਿਹੜਾ ਉੱਥੋਂ ਦੇ ਮੁਤਾਬਕ ਤਾਂ ਇਹ ਵੀ ਹੈ ਕਿ ਰੱਬ ਨੂੰ ਆਖਿਆ ਮਰੀ ਹੋਈ ਗਊ ਨੂੰ ਜ਼ਿੰਦਾ ਕਰ ਦੇ। ਉਹਦੇ ਸਾਹਮਣੇ ਸਵਾਲ ਇਹ ਸੀ ਮਰੀ ਹੋਈ ਗਊ ਨੂੰ ਜ਼ਿੰਦਾ ਕਰ, ਅਤੇ ਮੈਂ ਕਿਹਾ ਜਵਾਬ ਦਿੰਦਾ ਭਰੇ ਇਹਦੀ ਇੱਕ ਤੋਕਰ ਹਾਉਦੀ ਵੇਖੋ, ਉਹਦੇ ਵਿੱਚ ਸਾਰਾ ਕੁਝ ਭਰਿਆ ਪਿਆ। ਜਦੋਂ ਸਾਰੀ ਇਸਤਰੀ ਦਾ ਜ਼ਿਕਰ ਹੁੰਦਾ ਹੈ ਨਾ ਉਸੇ ਬਾਣੀ ਦੀ ਤੁਕਾਂ ਵਿੱਚ, ਉਹ ਇੱਥੋਂ ਸ਼ੁਰੂ ਹੁੰਦਾ ਸੁਲਤਾਨ ਪੁੱਛੇ ਸੁਣ ਮੇ ਨਾਮਾ। ਸੁਲਤਾਨ ਰਾਜਾ ਸਵਾਲ ਕਰਦਾ ਨਾਮਦੇਵ ਤੇ, ਦੇਖੋ ਰਾਮ ਤੁਮਾਰੇ ਕਾਮਾ। ਸੁਲਤਾਨ ਪੁੱਛੇ ਸੁਣ ਮੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਨਾਮਾ ਸੁਲਤਾਨੇ ਬਾਂਧਲਾ, ਨਾਮਦੇਵ ਨੂੰ ਸੁਲਤਾਨ ਨੇ ਬੰਨ ਲਿਆ। ਦੇਖੋ ਤੇਰਾ ਹਾਰ ਬੀਠਲਾ, ਮੈਂ ਦੇਖਣਾ ਚਾਹੁੰਦਾ ਤੇਰਾ ਭਗਵਾਨ ਤੇਰੀ ਮਰਜ਼ੀ ਨਾਲ ਕੀ ਕਰਦਾ ਹੈ। ਬਿਸਮਲ ਗਊ ਦਿਓ ਜਿਵਾਏ ਆਲੇ, ਮਰੀ ਹੋਈ ਗਊ ਨੂੰ ਜ਼ਿੰਦਾ ਕਰ, ਨਹੀਂ ਤਾਂ ਤੇਰੀ ਗਰਦਨ ਧੜ ਨਾਲੋਂ ਵੱਖ ਕਰ ਦਿੱਤੀ ਜਾਏ। ਬੜੀ ਸੁਲਤਾਨ ਪੁੱਛੇ ਸੁਣ ਬਿਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਨਾਮਾ ਸੁਲਤਾਨੇ ਬਾਂਧਲਾ, ਦੇਖੋ ਤੇਰਾ ਹਰ ਬੀਠਲਾ। ਬਿਸਮਲ ਗਊ ਦਿਓ ਜਿਵਾਏ, ਨਾ ਤਰ ਗਰਦਨ ਮਾਰੋ ਠਾਏ। ਹੁਣ ਤੁਸੀਂ ਸੋਚਿਓ ਭਲਾ ਨਾਮਦੇਵ ਦੀ ਇੱਥੇ ਆਪਣੀ ਹੋਂਦ ਰਹਿ ਗਈ। ਅਗਲੀ ਲਾਈਨ ਪੜ੍ਹੋ, ਕਹਿੰਦਾ ਬਾਦਸ਼ਾਹ ਐਸੀ ਕਿਉਂ ਹੋਏ, ਜੇ ਹੁੰਦਾ ਆਪਣੀ ਹੰਕਾਰ ਆਪਣੀ ਹੋਂਦ ਤੇ ਕਹਿੰਦਾ ਲੈ ਮੈਂ ਮਰੀ ਗਊ ਨੂੰ ਜ਼ਿੰਦਾ ਕਰ ਦੇਣਾ, ਕਰਕੇ ਦਿਖਾ ਦੇਣਾ। ਕਹਿੰਦਾ ਨਹੀਂ ਬਾਦਸ਼ਾਹ ਐਸੀ ਕਿਉਂ ਹੋਏ, ਕਿਵੇਂ ਹੋ ਸਕਦਾ ਬਾਦਸ਼ਾਹ ਐਸੀ ਕਿਉਂ ਹੋਏ। ਬਿਸਮਲ ਕੀਆ ਨਾ ਜੀਵੇ ਕੋਈ, ਜਿਹਨੂੰ ਕਤਲ ਕਰਦੇ ਹੋ ਕੱਟ ਦਿਓ ਉਹ ਜ਼ਿੰਦਾ ਨਹੀਂ ਹੁੰਦਾ। ਤਾਂ ਸਾਡੇ ਅਜੇ ਤੱਕ ਝਗੜੇ ਚੱਲ ਰਹੇ ਹੋਏ ਨੇ ਕਿ ਭਾਈ ਦਇਆ ਸਿੰਘ ਦਾ ਸਿਰ ਵੱਢਿਆ ਕਿ ਬੱਕਰੀ ਵੱਢੀ। ਬਾਬਾ ਨਾਮਦੇਵ ਜੀ ਦਾ ਲਫ਼ਜ਼ ਜਿਹੜਾ ਇੱਕ ਹੈ ਨਾ, ਬਾਦਸ਼ਾਹ ਐਸੀ ਕਿਉਂ ਹੋਏ। ਬਿਸਮਲ ਕੀਆ ਨਾ ਜੀਵੇ ਕੋਏ, ਅਗਲੇ ਪਾਸੇ ਕਹਿੰਦਾ ਮੈਂ ਬਿਲਕੁਲ ਨਾ ਬਿਸਮਲ ਕਰ ਸਕਣਾ ਨਾ ਮੈਂ ਜਿਵਾ ਸਕਣਾ, ਹਮਰਾ ਕੀਆ ਕਛੂ ਨਾ ਹੋਏ, ਮੈਂ ਕੁਛ ਨਹੀਂ ਕਰ ਸਕਦਾ। ਕਰ ਹੈਰਾਨ ਹੋਏ ਹੈ ਸੋਏ, ਹਾਂ ਰੱਬ ਜਿਹੜੇ ਜਿਹਨੇ ਸਾਰੇ ਨਿਯਮ ਬਣਾਏ ਨੇ, ਮੌਤ ਕੀ ਹੈ ਜੀਵਨ ਕੀ ਹੈ ਜੰਮਣ ਮਰਨਾ ਜਿਹਦੇ ਹੁਕਮ ਵਿੱਚ ਹੈ, ਉਹ ਜੋ ਕੁਛ ਕਰਨਾ ਚਾਹੇ ਕਰੇ, ਮੇਰਾ ਕੋਈ ਕੰਸਰਨ ਨਹੀਂ, ਮੈਂ ਕੁਛ ਨਹੀਂ ਕਰ ਸਕਦਾ। ਇਸ ਤੋਂ ਖੂਬਸੂਰਤ ਜਵਾਬ ਹੋਰ ਕੀ ਹੋ ਸਕਦਾ ਸੀ। ਮੈਂ ਕੁਛ ਨਹੀਂ ਕਰ ਸਕਦਾ, ਤੇ ਜਦੋਂ ਇਹ ਅਵਸਥਾ ਬਣ ਜਾਏ ਮੈਂ ਕੁਛ ਨਹੀਂ ਕਰ ਸਕਦਾ, ਉਦੋਂ ਫਿਰ ਮਰੀ ਹੋਈ ਗਊ ਦਾ ਦਾਅਵਾ ਕੀਤਾ ਜਾ ਸਕਦਾ ਕਿ ਨਾਮਦੇਵ ਆਖੇ ਨਹੀਂ ਮੈਂ ਜ਼ਿੰਦਾ ਕੀਤੀ। ਪਹਿਲੇ ਤਾਂ ਕਹਿ ਰਿਹਾ ਹੋਣਾ ਕੀ ਹੈ ਕੁਛ ਨਾ ਹੋਏ, ਜਿਹੜਾ ਇਹ ਗੱਲ ਕਹਿ ਰਿਹਾ ਕਿ ਮੇਰਾ ਕੀਤਾ ਕੁਛ ਕੁਝ ਵੀ ਨਹੀਂ ਹੋ ਸਕਦਾ। ਜਿੱਥੇ ਆਪਣੀ ਹਾਂ ਖਤਮ ਹੋ ਗਈ, ਆਪਾਂ ਖਤਮ ਹੋ ਗਿਆ, ਜਿੱਥੇ ਆਪਾਂ ਮਿਟਾ ਦਿੱਤਾ, ਭਲਾ ਉਸ ਤੋਂ ਬਾਅਦ ਇਹ ਦਾਅਵਾ ਕਿਵੇਂ ਕਰੇਗਾ ਕਿ ਮੈਂ ਮਰੀ ਹੋਈ ਗਊ ਨੂੰ ਜ਼ਿੰਦਾ ਕੀਤਾ। ਇਹ ਹੈ ਅਭੇਦਤਾ,
ਜਿਹੜੀ ਬਾਬਾ ਕਬੀਰ ਜੀ ਨੇ ਇੱਥੇ ਲਿਆਂਦੀ ਹੈ। ਕਹਿੰਦੇ ਨੇ ਜਦੋਂ ਮਨੁੱਖ ਆਪਾਂ ਮਿਟਾ ਦਿੰਦਾ, ਆਪਾਂ ਸਮਰਪਣ ਕਰ ਦਿੰਦਾ, ਉਦੋਂ ਸੁਣ ਅਵਸਥਾ, ਸੁਣ ਸਹਿਜ ਅਵਸਥਾ ਮਿਲਦੀ ਹੈ, ਜਿੱਥੇ ਆਪੋ ਕੁਝ ਵੀ ਨਹੀਂ, ਸੁਣ ਹੈ ਨਾ, ਉੱਥੇ ਪਾਪ ਹੈ ਨਾ ਪੁੰਨ ਹੈ, ਨਾ ਕਾਮ ਹੈ ਨਾ ਛਾਮ ਹੈ, ਨਾ ਹਉਮੈ ਨਾ ਹੰਕਾਰ ਹੈ, ਨਾ ਕੋਈ ਦੁਸ਼ਮਣ ਹੈ ਨਾ ਕੋਈ ਮਿੱਤਰ ਹੈ, ਨਾ ਕੋਈ ਬੈਰੀ, ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ, ਜੋ ਪ੍ਰਭ ਕੀਨੋ ਸੋ ਭਰ ਮਾਨਿਓ, ਪ੍ਰਭੂ ਤੇ ਜੋ ਪ੍ਰਭ ਕੀਨੋ ਸੋ ਭਰ ਮਾਨਿਓ। ਇਹ ਸੁਮਤ ਸਾਧੂ ਤੇ ਪਾ ਸਭ ਮੈਂ ਰੱਬ ਰਿਹਾ ਪ੍ਰਭ, ਜੋ ਬ੍ਰਹਮਣ ਦੇ ਸੋਈ ਪਿੰਡੇ। ਕਹਿਣ ਲੱਗੇ ਜਿਸ ਦਿਨ ਇਸ ਅਵਸਥਾ ਤੇ ਪੁੱਜਦਾ, ਉਸ ਦਿਨ ਉਹ ਆਪਣੇ ਅੰਦਰੋਂ ਮਨ ਵਿੱਚ ਵਸਣ ਵਾਲੇ ਪ੍ਰਭੂ ਨੂੰ ਮਨ ਵਿੱਚੋਂ ਪ੍ਰਾਪਤ ਕਰ ਲੈਂਦਾ, ਉਸ ਅਗਮ ਦ੍ਰਗਮ ਦੇ ਅਸਥਾਨ ਤੇ ਜਿੱਥੇ ਉਹਨੇ ਆਪਣਾ ਵਾਸਾ ਬਣਾਇਆ ਸੀ, ਉੱਥੇ ਇਸ ਮਨ ਮਨੁੱਖ ਦੀ ਪਹੁੰਚ ਹੋ ਜਾਂਦੀ ਹੈ। ਉੱਥੋਂ ਦਾ ਅੰਧੇਰਾ ਵੀ ਇਹ ਸ਼ਬਦ ਰਾਹੀਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਦੂਰ ਕਰ ਲੈਂਦਾ, ਅਤੇ ਉੱਥੇ ਜਾ ਕੇ ਜਦੋਂ ਆਪਣੀ ਪਹੁੰਚ ਪੈਦਾ ਕਰਦਾ ਤਾਂ ਬਾਬਾ ਕਬੀਰ ਜੀ ਦੀ ਆਖਰੀ ਲਾਈਨ ਹੈ, ਕਹਿੰਦੇ ਨੇ ਫਿਰ ਜੋਤ ਮੰਤਰ ਮਨ ਅਸਥਿਰ ਕਰੇ, ਉਸ ਪ੍ਰਭੂ ਦੇ ਸ਼ਬਦ ਨਾਲ ਮਨ ਅਸਥਿਰ ਹੋ ਜਾਂਦਾ, ਮਨ ਡੋਲਦਾ ਨਹੀਂ, ਕਿਉਂਕਿ ਡੋਲਦੇ ਹੋਏ ਮਨ ਵਿੱਚੋਂ ਵੀ ਪ੍ਰਭੂ ਦੇ ਦੀਦਾਰ ਨਹੀਂ ਹੋ ਸਕਦੇ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ, ਪਾਣੀ ਦੀ ਬਾਲਟੀ ਲੈ ਆਓ, ਟੱਬ ਲੈ ਆਓ, ਉਹਦੇ ਵਿੱਚ ਝਾਤੀ ਮਾਰੋ, ਦੇਖੋ ਤੁਹਾਨੂੰ ਆਪਣਾ ਚਿਹਰਾ ਦਿਸੇਗਾ, ਆਸਮਾਨ ਤੇ ਚੰਦਰਮਾ ਚੜਿਆ ਹੋਵੇ, ਉਹ ਚੰਦਰਮਾ ਵੀ ਉਸ ਪਾਣੀ ਵਿੱਚ ਦਿਸੇਗਾ, ਤੇ ਅਚਾਨਕ ਦੇਖਦਿਆਂ ਦੇਖਦਿਆਂ ਉਹਦੇ ਵਿੱਚ ਰੋਟੀ ਸੁੱਟ ਦਿਓ, ਇੱਕ ਪੱਥਰ ਸੁੱਟ ਦਿਓ, ਪਾਣੀ ਡੋਲ ਜਾਏਗਾ, ਤੇ ਜਿਸ ਵੇਲੇ ਪਾਣੀ ਡੋਲੇਗਾ, ਹੁਣ ਆਸਮਾਨ ਦਾ ਚੰਦਰਮਾ ਵੀ ਛੁੱਪ ਗਿਆ, ਤੁਹਾਡਾ ਚਿਹਰਾ ਵੀ ਦਿਸਣਾ ਬੰਦ ਹੋ ਗਿਆ। ਕਹਿਣ ਲੱਗੇ ਜਿੰਨੀ ਦੇਰ ਮਨ ਦਾ ਟਿਕਾਓ ਨਹੀਂ ਬਣਦਾ, ਓਨੀ ਦੇਰ ਪ੍ਰਭੂ ਦਾ ਮਿਲਾਪ, ਪ੍ਰਭੂ ਦੀ ਪਛਾਣ ਨਹੀਂ ਹੁੰਦੀ। ਮਨ ਦਾ ਟਿਕਾਓ ਨਹੀਂ ਬਣ ਰਿਹਾ, ਮਨ ਭਟਕ ਰਿਹਾ ਹੈ, ਤੇ ਇਸੇ ਲਈ ਸਗੂ ਨੇ ਬਾਣੀ ਵਿੱਚ ਕਹਿ ਦਿੱਤਾ, ਮਾਈ ਮੈਂ ਧਨ ਪਾਇਓ ਹਰ ਨਾਮ, ਅਗਲੇ ਪਾਸੇ ਕੀ ਇਹ ਮਨ ਮੇਰੋ ਧਾਮਨ ਤੇ ਛੁੱਟਿਓ, ਉਹਦੀ ਦੌੜ ਖਤਮ ਹੋ ਗਈ, ਭਟਕਣਾ ਖਤਮ ਹੋ ਗਈ, ਮਨ ਮੇਰੋ ਧਾਮਨ ਤੇ ਛੁੱਟਿਓ, ਕਰ ਬੈਠੋ ਵਿਸਰਾਮ, ਟਿਕ ਗਿਆ। ਹੁਣ ਟਿਕਿਆ ਜਿਹਾ ਮੰਤਰ ਸੀ, ਟਿਕਿਆ ਕਿਵੇਂ, ਇੱਥੇ ਲਫ਼ਜ਼ ਬਾਬਾ ਕਬੀਰ ਜੀ ਨੇ ਕਹਿ ਦਿੱਤਾ, ਜੋਤ ਮੰਤਰ ਮਨ ਅਸਥਿਰ ਕਰੇ, ਭਾਵ ਰੱਬੀ ਹੁਕਮ ਵਿੱਚ ਰਹਿ ਕੇ ਮਨ ਨੂੰ ਸਥਿਰ ਕਰ ਲਵੇ, ਉਹ ਫਿਰ ਡੋਲੇ ਨਾ ਭਟਕੇ ਨਾ। ਕਹਿਣ ਲੱਗੇ ਜਿਹੜਾ ਪ੍ਰਾਣੀ ਇਸ ਤਰ੍ਹਾਂ ਮਨ 'ਤੇ ਆਪਣੀ ਪਹੁੰਚ ਪੈਦਾ ਕਰਦਾ, ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ, ਬਾਬਾ ਕਬੀਰ ਜੀ ਦਾ ਫੈਸਲਾ ਹੈ। ਤੇ ਕਹਿੰਦੇ ਨੇ ਜੋਤ ਮੰਤਰ ਮਨ ਅਸਥਿਰ ਜੋਤ ਮੰਤਰ ਮਨ ਅਸਥਿਰ ਕਹਿ ਕਬੀਰ ਸੋ ਪ੍ਰਾਣੀ ਤਰੇ।
ਪੈਦਾ ਕਰਨਾ ਹੈ, ਕਮਲ ਫੁੱਲ ਵਿੱਚ ਖੁਸ਼ਬੂ ਹੋਣੀ ਹੈ। ਭਵਰੇ ਨੇ ਇਹ ਨਹੀਂ ਵੇਖਣਾ ਕਿ ਇਹ ਚਿੱਕੜ ਵਿੱਚ ਪੈਦਾ ਹੋਇਆ ਕਮਲ ਫੁੱਲ ਹੈ, ਨਹੀਂ, ਇਹ ਕਮਲ ਫੁੱਲ ਹੈ, ਮੈਂ ਤਾਂ ਇਹਦੀ ਖੁਸ਼ਬੂ ਲੈਣੀ ਹੈ, ਇਹਦੇ ਵਿੱਚੋਂ ਖੁਸ਼ਬੂ ਲੱਭਣੀ ਹੈ। ਜੇ ਤਨ ਤੋਂ ਨਫ਼ਰਤ ਹੋ ਜਾਏਗੀ, ਮਨ ਦੇ ਨਾਲ ਹੀ ਵਿਚਾਰ ਵੀ ਖਤਮ ਹੋ ਜਾਣੇ ਨੇ। ਇਸ ਲਈ ਤਨ ਤੋਂ ਨਫ਼ਰਤ ਨਹੀਂ ਕਰਨੀ, ਤਨ ਨੂੰ ਲੰਘ ਕੇ ਮਨ ਤੱਕ ਪਹੁੰਚਣਾ ਹੈ, ਅਤੇ ਮਨ ਵਿੱਚ ਪਈ ਹੋਈ ਰੱਬ ਰੂਪ ਖੁਸ਼ਬੂ ਜਿਹੜੀ ਹੈ ਉਹਨੂੰ ਪ੍ਰਾਪਤ ਕਰਨਾ। ਇਸ ਕਿਸਮ ਦਾ ਸਬਜੈਕਟ ਜਿਹੜਾ ਆਪਾਂ ਚਾਰ ਹਫ਼ਤਿਆਂ ਵਿੱਚ ਸਮਝਿਆ ਹੈ, ਗੁਰੂ ਬਖਸ਼ਿਸ਼ ਕਰੇ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੇ ਥਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।